ਸਤਿ ਸ਼੍ਰੀ ਅਕਾਲ ਜੀ, ਮੈਂ ਸਵਰਨਪ੍ਰੀਤ ਸਿੰਘ ਖੁੰਡ ਪੰਜਾਬ ਦੇ ਚੈਨਲ ਤੋਂ। ਤੇ ਅੱਜ ਆਪਾਂ ਜੀ ਪਿੰਡ ਛਾਹੜ ਤੇ ਜੋ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਪੈਂਦਾ, ਇੱਥੇ ਅੱਜ ਆਪਾਂ ਇਸ ਇੱਕ ਡੇਰੇ ਦੇ ਵਿੱਚ ਜਿੱਥੇ ਦੀ ਆਪਾਂ ਇਤਿਹਾਸ ਸੁਣਿਆ ਸੀ, ਇਤਿਹਾਸ ਬਹੁਤ ਹੀ ਵਧੀਆ, ਤੇ ਉਹ ਇਤਿਹਾਸ ਬਾਬਾ ਜੀ ਤੋਂ ਸੁਣਾਂਗੇ। ਤੇ ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ। ਤੇ ਬਾਬਾ ਜੀ, ਆਪਣੇ ਦਰਸ਼ਕ ਵੀਰਾਂ ਨੂੰ ਜਿਹੜੇ ਵੀਡੀਓ ਦੇਖ ਰਹੇ ਆ, ਤੇ ਆਹ ਡੇਰੇ ਦੀ ਖਾਸੀਅਤ ਤੇ ਇਹਦਾ ਇਤਿਹਾਸ ਦੱਸੋ ਜੀ। ਇਸ ਪਿੰਡ ਦੇ ਵਿੱਚ ਹਾਂਜੀ ਇੱਥੇ ਲੋਕ ਮਹਾਤਮਾ ਦਾ ਨਰਾਦਰ ਕਰਿਆ ਕਰਦੇ। ਅੱਛਾ। ਡਲੇ ਮਾਰਿਆ ਕਰਦੇ। ਅੱਛਾ ਜੀ। ਉਸ ਟਾਈਮ ਦੇ ਵਿੱਚ ਬਾਬਾ ਗੈਬਗਿਰ ਜੀ, ਹਾਂਜੀ, ਜੋ ਇੱਥੇ ਪਿੰਡ ਦਾ ਛੱਪੜ ਸੀ, ਛੱਪੜ ਤੇ ਆਏ। ਅੱਛਾ। ਤੇ ਛੱਪੜ ਤੇ ਪਾਲੀਆਂ ਨੇ ਇਕੱਠੇ ਹੋ ਕੇ ਬਾਬੇ ਗੈਬਗਿਰ ਨੂੰ ਸਮਾਧੀ ਦਿੱਤੀ। ਅੱਛਾ। ਦਲਾਂ ਦੇ ਵਿੱਚ। ਅੱਛਾ। ਤੋ ਉਸ ਤੋਂ ਬਾਅਦ ਪਿੰਡ ਦੇ ਵਿੱਚ ਕਸ਼ਟ ਹੋ ਗਿਆ। ਅੱਛਾ। ਜਿਹੜੀ ਲਵੇਰੀ ਸੀ ਤੋ ਖੂਨ ਆਉਣਾ ਸ਼ੁਰੂ ਹੋ ਗਿਆ ਦੁੱਧ ਚ। ਅੱਛਾ। ਉਸ ਤੋਂ ਬਾਅਦ ਪਿੰਡ ਦਾ ਇਕੱਠ ਹੋਇਆ। ਪਿੰਡ ਦੇ ਇਕੱਠ ਹੋਣ ਕਾਰਨ ਫਿਰ ਪਿੰਡ ਆਇਆ ਨੇ ਸੋਚਿਆ ਵੀ ਕੀ ਕਾਰਨ ਹੋਇਆ। ਤੋ ਕਿਸੇ ਸਿਆਣੇ ਬੰਦੇ ਨੇ ਦੱਸਿਆ ਵੀ ਆਪਣੇ ਮਹਾਤਮਾ ਉੱਥੇ ਦਲਿਆਂ ਚ ਦੱਬ ਰੱਖੇ ਨੇ। ਅੱਛਾ ਜੀ। ਤੋ ਆ ਕੇ ਪਿੰਡ ਆਇਆ ਨੇ ਜਦ ਬਾਬਾ ਜੀ ਕੱਢੇ ਤਾਂ 3 ਦਿਨਾਂ ਬਾਅਦ ਬਾਬਾ ਜੀ ਜਿਉਂਦੇ ਕੇ ਜਿਉਂਦੇ ਨਿਕਲੇ। ਉਸ ਤੋਂ ਬਾਅਦ ਪਿੰਡ ਆਏ ਕਹਿੰਦੇ ਵੀ ਹੱਥ ਬੰਨ ਕੇ ਕਹਿਣ ਲੱਗੇ ਬਾਬਾ ਜੀ ਵੀ ਇਸ ਤਰ੍ਹਾਂ ਕਰਕੇ ਸਾਡੇ ਤੇ ਕਸ਼ਟ ਆ ਰਿਹਾ, ਸਾਨੂੰ ਬਖਸ਼ੋ। ਅੱਛਾ ਜੀ। ਤਾਂ ਬਾਬਾ ਜੀ ਕਹਿੰਦੇ ਵੀ ਉਸ ਟਾਈਮ ਗਲੀਏ ਦੇ ਭੰਡਾਰੇ ਹੋਇਆ ਕਰਦੇ, ਕਹਿੰਦੇ ਭੰਡਾਰਾ ਕਰੋ। ਤੋ ਉਸ ਟਾਈਮ ਦੇ ਵਿੱਚ ਭੰਡਾਰਾ ਕੀਤਾ ਗਿਆ। ਭੰਡਾਰਾ ਕਰਨ ਤੋਂ ਬਾਅਦ ਤੋ ਸਾਰੇ ਪਿੰਡ ਚ ਰਾਜੀ ਖੁਸ਼ੀ ਹੋ ਗਏ। ਤੋ ਪਿੰਡ ਆਏ ਕਹਿੰਦੇ ਵੀ ਤੁਹਾਨੂੰ ਅਸੀਂ ਇੱਕ ਡੰਗ ਦੀ ਦੁੱਧ, ਜਿਹੜੀ ਵੀ ਲਵੇਰੀ ਸੂਗੀ, ਇੱਕ ਡੰਗ ਦੀ ਮੱਖਣੀ, ਤਾਂ ਤੁਹਾਡੇ ਨਿਮਿੱਤ ਅਸੀਂ ਇਸ ਸਥਾਨ ਤੇ ਪਹੁੰਚਾਇਆ ਕਰਾਂਗੇ, ਤੇ ਹਾੜੀ ਸੋਣੀ ਦੀ ਫਸਲ ਜੈਸੀ ਸ਼ਰਧਾ ਅਨੁਸਾਰ ਹੋਗੀ ਤੋ ਇਸ ਸਥਾਨ ਤੇ ਪਹੁੰਚੇਗੀ। ਅੱਛਾ ਜੀ। ਇਸ ਸਥਾਨ ਦੇ ਉੱਤੇ ਬਾਬਾ ਜੀ ਨੇ ਸਮਾਧੀ ਲਿੱਤੀ ਤੀ, ਇੱਕ ਦਿਨ ਦੇ ਵਿੱਚ ਜਿਉਂਦੀ ਸਮਾਧੀਆਂ ਲਿੱਤੀ ਤੀ 7। ਅੱਛਾ ਜੀ। ਇਹ ਜਿਉਂਦੀ ਸਮਾਧੀ ਬਾਬਾ ਗੈਬਗਿਰ ਜੀ ਹੈ, ਬਾਬਾ ਗੈਬਨਾਥ ਜੀ ਦੀ ਇਹ ਜਿਉਂਦੀ ਸਮਾਧੀ ਹੈ ਟੋਰੀ, ਜਿਸ ਦੇ ਵਿੱਚ ਬਾਦੋ ਸਦੀ ਦੂਜ ਨੂੰ ਬੜਾ ਭਾਰੀ ਮੇਲਾ ਲੱਗਦਾ ਹੈ। ਅੱਛਾ ਜੀ। ਹਾਂ, ਜਿਸ ਦੇ ਵਿੱਚ ਕਮ ਸੇ ਕਮ ਵੀ 20-25 ਹਜ਼ਾਰ ਲੋਕ ਇਕੱਠੇ ਹੁੰਦੇ ਨੇ ਤੇ ਇੱਥੇ ਲੰਗਰ ਚੱਲਦਾ, ਬਾਹਰੋਂ ਬੜੀ ਬੜੀ ਜਟੂਰ ਤੋਂ ਜਨਤਾ ਆਉਂਦੀ ਹੈ ਤੇ ਬਾਬਾ ਜੀ ਦੀ ਨਮਸਕਾਰ ਕਰਦੀ ਹੈ, ਆਸ਼ੀਰਵਾਦ ਲੈਂਦੀ ਹੈ, ਸੇਵਾ ਕਰਦੀ ਹੈ ਤੇ ਪੂਜਾ ਕਰਦੀ ਹੈ ਤੇ ਆਸ਼ੀਰਵਾਦ ਲੈਂਦੀ ਹੈ, ਆਸ਼ੀਰਵਾਦ ਲੈਂਦੀ ਹੈ। ਠੀਕ ਹੈ ਜੀ। ਤੇ ਆਪਾਂ ਇੱਥੇ ਡੇਰੇ ਦੇ ਉੱਤੇ ਵੀ ਜਿਹੜਾ ਖਾਸ ਆਪਾਂ ਕਹਿ ਦਈਏ ਤੇ ਇੱਥੇ ਲਵੇਰੀ ਦਾ ਸੱਜਰ ਸੀ ਦਾ ਦੁੱਧ ਤੇ ਪਹਿਲੇ ਡੰਗ ਦੀ ਮੱਖਣੀ ਚੜਦੀ ਹੈ, ਜਿੱਥੇ ਪਹਿਲੇ ਡੰਗ ਦੀ ਮੱਖਣੀ ਚੜਦੀ ਹੈ ਤੇ ਆਹ ਇਸ ਪਿੰਡ ਦੀ ਪਰੰਪਰਾ ਬਣੀ ਹੋਈ ਹੈ ਜੀ, ਪਰੰਪਰਾ ਬਣੀ ਹੋਈ ਹੈ। ਹਾਂ ਜੀ, ਵੀ ਛਾਹੜ ਪਿੰਡ ਜਿਹੜੀ ਇਹ ਪਰੰਪਰਾ ਮਸ਼ਹੂਰ ਹੈ ਵੀ ਉਹ ਕਰਨਾ ਹੀ ਕਰਨਾ, ਜਿਹੜੇ ਵੀ ਪਿੰਡ ਦਾ ਜੀ ਆ ਜਾਂ ਕੋਈ ਵੀ ਆ ਜਾਂ ਕੋਈ ਵੀ ਹੈ, ਜਿਹੜਾ ਜੇ ਛਾੜ ਦੇ ਵਿੱਚ ਵਸ ਰਿਹਾ ਉਹਨੇ ਕਰਨਾ ਹੀ ਕਰਨਾ ਹੈ। ਅੱਛਾ ਜੀ। ਹਾਂ, ਕੋਈ ਬਰਾਦਰੀ ਨਾਲ ਸਨਮਾਨ ਨਹੀਂ। ਅੱਛਾ ਅੱਛਾ। ਹਾਂ, ਵੀ ਕਿਸੇ ਕੋਈ ਵੀ ਬਰਾਦਰੀ ਦਾ ਬੰਦਾ, ਹਾਂ, ਵੀ ਬਸ ਸਾਰਿਆਂ ਨੂੰ ਕਰਨਾ ਹੀ ਕਰਨਾ ਜੀ, ਇਹ ਸ਼ਰਤ ਆ ਲੋਕਾਂ ਦੀ। ਹਾਂ, ਕੋਈ ਬਰਾਦਰੀ ਨਾਲ ਸੰਬੰਧ ਨਹੀਂ, ਕੋਈ ਹਿੰਦੂ ਮੁਸਲਮਾਨ ਨਾਲ ਸੰਬੰਧ ਨਹੀਂ। ਇੱਥੇ ਹਿੰਦੂ ਵੀ ਆਉਂਦੇ ਨੇ, ਸਿੱਖ ਵੀ ਆਉਂਦੇ ਨੇ, ਮੁਸਲਮਾਨ ਵੀ ਆਉਂਦੇ ਨੇ। ਦੇਖੋ ਜੀ, ਸਾਰੇ ਧਰਮਾਂ ਦੇ ਲੋਕ ਇੱਥੇ ਆਉਂਦੇ ਜੀ। ਤੇ ਹੁਣ ਅੱਗੇ ਦਿਓ ਜੀ, ਧੰਨਵਾਦ ਬਾਬਾ ਜੀ ਦਾ ਆਸ਼ੀਰਵਾਦ ਲੈਣਾ, ਤੁਹਾਨੂੰ ਵੀਡੀਓ ਦਿਖਾਉਂਦੇ ਆਪਾਂ ਜੀ। ਤੇ ਵੀਡੀਓ ਲਾਈਕ, ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਧੰਨਵਾਦ।